ਬੈਟਰੀ ਤੇ ਤਕਰੀਬਨ ਅੱਧੀ ਕੁ ਹੈ ਜੇ, ਉੱਥੇ ਮੈਂ ਚੱਲ ਕੇ ਨਾ ਤੇ ਚਾਹ ਪੀ ਲੈਂਦਾ। ਸਰਾਏ ਆਲਮਗੀਰ ਤੇ ਪਹੁੰਚ ਕੇ। ਅੱਛਾ ਜੀ, ਐਸੇ ਜਗ੍ਹਾ ਤੋਂ ਜੀ ਪਾਰਟ 2 ਦਾ ਆਗਾਜ਼ ਹੋ ਰਿਹਾ। ਦੀਨੇ ਤੋਂ ਜੀ ਟੀ ਰੋਡ ਦੀਆਂ ਰੌਣਕਾਂ ਪਾਰਟ 2। ਇਹ ਦੀਨੇ ਦਾ ਐਂਟਰੈਂਸ ਵਾਲਾ ਪੁੱਲ ਹੈ ਜੀ। ਇਸ ਤੋਂ ਪਹਿਲੇ ਜਿਹੜਾ ਨਾ ਪਿੱਛੇ ਮੈਂ ਕਾਲੇ ਦਾ ਵਲੋਗ ਖਤਮ ਕੀਤਾ ਸੀ। ਦੀਨੇ ਸ਼ਹਿਰ ਵਿੱਚੋਂ ਨਿਕਲਦੇ ਹਾਂ ਅਤੇ ਦੀਨੇ ਸ਼ਹਿਰ ਵਿੱਚੋਂ ਨਿਕਲ ਕੇ ਅਤੇ ਅੱਗੇ ਅਸੀਂ ਜ਼ਿਲ੍ਹਮ ਸ਼ਹਿਰ ਵਿੱਚ ਚੱਲਦੇ ਹਾਂ। ਜ਼ਿਲ੍ਹਮ ਸ਼ਹਿਰ ਕ੍ਰੋਸ ਕਰਦੇ ਹਾਂ ਅਤੇ ਅੱਗੇ ਅਸੀਂ ਚੱਲਾਂਗੇ ਸਰਾਏ ਆਲਮਗੀਰ। ਇਸ ਤਰ੍ਹਾਂ ਜਿਹੜਾ ਨਾ ਇਸ ਪਾਰਟ ਵਿੱਚ 3 ਸ਼ਹਿਰ ਜਿਹੜੇ ਮੇਜਰ ਨੇ ਨਾ ਉਹ ਕਵਰ ਹੋਣਗੇ। ਅਤੇ ਕੋਈ ਸਪੀਡ ਜ਼ਿਆਦਾ ਮੈਂ ਨਹੀਂ ਮਾਰੀ ਬਾਬਾ ਜੀ, ਅਤੇ 60-70 'ਤੇ ਆਇਆ ਬਿਲਕੁਲ ਆਰਾਮ ਸਕੂਨ ਨਾਲ। ਲਓ ਜੀ, ਦੀਨਾ ਸ਼ਹਿਰ ਸਟਾਰਟ ਹੋ ਗਿਆ ਇੱਥੋਂ। ਇੱਥੇ ਅੱਗੇ ਹਲਕਾ ਫੁਲਕਾ ਜਿਹੜਾ ਨਾ ਰਸ਼ ਵੀ ਹੋ ਸਕਦਾ ਸਾਨੂੰ ਵੇਖਣ ਨੂੰ ਮਿਲੇ, ਕਿਉਂਕਿ ਸ਼ਹਿਰ ਹੈ, ਸ਼ਹਿਰ ਵਿੱਚ ਟ੍ਰੈਫਿਕ ਜਿਹੜਾ ਥੋੜ੍ਹਾ ਕੰਜੈਸਟ ਜੀ ਹੋ ਜਾਂਦੀ ਹੈ। ਜੇ ਬਜ਼ੁਰਗਾਂ ਧੱਕਾ ਕਰ ਲਿਆ, ਵੇਖੋ ਨਾ ਭਾਈ ਯਾਰ ਡਿੱਪਰ ਪਿੱਛੋਂ ਮਾਰਿਆ, ਮੈਂ ਕਿਤਨਾ ਆਰਾਮ ਨਾਲ ਰਾਹ ਦਿੱਤਾ, ਨਾਲੇ ਨਜ਼ਰ ਆ ਗਿਆ ਡਿੱਪਰ। ਵੇਖੋ ਨਾ ਉਸੇ ਟਾਈਮ ਪਤਾ ਲੱਗ ਗਿਆ ਡਿੱਪਰ ਦਾ। ਅਤੇ ਜੇ ਹਾਰਨ ਹੁੰਦਾ ਤਾਂ ਉਹਦੀ ਨਾ ਕੋਈ ਸਮਝ ਆਉਣੀ ਆਈ, ਇਤਨਾ ਸ਼ੋਰ ਹੁੰਦਾ ਵਿੱਚ ਵੱਖਰਾ, ਅਤੇ ਦੂਜੇ ਨੰਬਰ 'ਤੇ ਜਿਹੜਾ ਨਾ ਉਹ ਉਂਝ ਵੀ ਬੜਾ ਕੋਝਾ ਲੱਗਦਾ ਕੰਮ। ਵੇਖੋ ਉਹਨੇ ਡੀਸੈਂਟ ਤਰੀਕੇ ਨਾਲ ਭਾਈ ਰਾਹ ਮੰਗਿਆ, ਮੇਰਾ ਨਿਕਲ ਜਾਣਾ ਸੀ, ਮੈਂ ਉਂਝ ਭੱਜ ਧਾਰਨ ਮਾਰ ਦਿੱਤੇ। ਸਹੀ ਗੱਲ ਹੈ। ਅਤੇ ਵੇਖੋ ਇਹਦਾ ਮਤਲਬ ਕਿ ਉਹਦੀ ਇੱਕ ਜਿਹੜੀ ਨਾ ਫੀਲ ਅਲੱਗ ਹੁੰਦੀ ਹੈ ਡਿੱਪਰ ਦੀ, ਉਹਨੂੰ ਬੰਦਾ ਰਸਤਾ ਦਿੰਦਾ ਜਿਹੜਾ ਨਾ ਉਹ ਵੀ ਬੰਦੇ ਨੇ ਜਿਹੜਾ ਨਾ ਅੱਛਾ ਫੀਲ ਹੁੰਦਾ। ਇਹ ਖੁਸ਼ਗਵਾਰ ਮਾਹੌਲ ਵੈਸੇ ਇੰਝ ਬਣਦਾ। ਵੈਲ ਡਨ ਬਰੋ, ਭਾਈ ਤਾਂ ਮੈਂ ਯਾਰ ਵੈਲ ਡਨ ਦੇਣਾ ਚਾਹੁੰਦਾ ਯਾਰ। ਕੀ LE F5889 16 ਮਾਡਲ ਕਰੋਲਾ, ਵੈਲ ਡਨ ਡੀਅਰ, ਵੈਲ ਡਨ। ਅੱਛਾ ਜੀ, ਇਹ ਤਕਰੀਬਨ ਅਸੀਂ ਛੋਟਾ ਜਿਹਾ ਹੀ ਹੈ, ਇਤਨਾ ਜ਼ਿਆਦਾ ਜਿਹੜਾ ਨਾ ਵੱਡਾ ਕੋਈ ਨਹੀਂ ਹੈ। ਅਤੇ ਤਕਰੀਬਨ ਜਿਹੜਾ ਨਾ ਇੱਥੇ ਇਹਦਾ ਬਾਜ਼ਾਰ ਜਿਹੜਾ ਨਾ ਉਹ ਫਿਨਿਸ਼ ਹੋ ਗਿਆ। ਅੱਗੇ ਸਾਹਮਣੇ ਇੱਕ ਚੜ੍ਹਾਈ ਹੈ ਜੀ ਛੋਟੀ ਜਿਹੀ, ਇੱਥੇ ਛੋਟੀਆਂ ਛੋਟੀਆਂ 3-4 ਕੁ ਜਿਹੜੀਆਂ ਇਹਨਾਂ ਚੜ੍ਹਾਈਆਂ ਪੈਂਦੀਆਂ ਨੇ ਵਿੱਚ, ਜਿਸ ਟਾਈਮ ਅਸੀਂ ਦੀਨੇ ਤੋਂ ਲੈ ਕੇ ਇੱਥੇ ਚੜ੍ਹਾਈਆਂ ਉਹ ਜਿਹੀਆਂ ਨਹੀਂ, ਪਹਾੜੀ ਚੜ੍ਹਾਈਆਂ ਨੇ। ਇਹ ਪੁੱਲ ਬਣੇ ਨੇ ਮੇਰੇ ਖਿਆਲ ਨਾਲ ਟ੍ਰੇਨ ਦੀ ਕ੍ਰੋਸਿੰਗ ਵਾਸਤੇ ਪੁੱਲ ਬਣੇ ਨੇ, ਉਹਨਾਂ ਦੀਆਂ ਚੜ੍ਹਾਈਆਂ ਨੇ। ਯਾਰ ਕਿਤਨਾ ਕਾਲਾ ਧੂੜ ਸਾਟ ਰਿਹਾ, ਕਿਤਨਾ ਫੇਰ ਕਿਸਮ ਦਾ। ਓਏ ਵੈਸੇ ਬਈ ਪੁਰਾਣੇ ਜ਼ਮਾਨੇ ਦਾ ਸਹੀ ਓਲਡ ਸਕੂਲ ਟਾਈਪ ਟਰੱਕ ਹੈ। ਉਹ ਥੱਲੇ ਟ੍ਰੇਨ ਦੀ ਲਾਈਨ ਗੁਜ਼ਰ ਰਹੀ ਹੈ, ਉਹ ਲਗਾਉਣੇ ਵਾਸਤੇ ਜਿਹੜਾ ਨਾ ਇਹਨਾਂ ਇੱਥੇ ਪੁੱਲ ਬਣਾਇਆ। ਇੱਕ ਤੁਹਾਨੂੰ ਮੈਂ ਹੋਰ ਮਜ਼ੇ ਦੀ ਚੀਜ਼ ਦਿਖਾ ਦਿੰਦਾ ਇੱਥੇ ਨਾ, ਥੋੜ੍ਹੀ ਸਾਰੀ ਹੈਲਪ ਕਰ ਸਕਦੀ ਹੈ। ਰੋਹਤਾਸ ਫੋਰਟ ਔਰ ਨੈਸ਼ਨਲ ਹੈਰੀਟੇਜ 8 ਕਿਲੋਮੀਟਰ ਹੈ ਜੀ ਇੱਥੋਂ, ਇਹ ਰਸਤਾ ਜਾ ਰਿਹਾ ਗੇਟ ਦੇ ਥੱਲਿਓਂ ਦੀ। ਇੱਧਰ ਜਿਹੜਾ ਖੱਬੀ ਸਾਈਡ 'ਤੇ ਜਿਹੜਾ ਨਾ ਇਹ ਮੰਗਲਾ ਕੈਂਟ ਵਾਲੀ ਸਾਈਡ 'ਤੇ ਜਿਹੜਾ ਰਸਤਾ ਜਾਂਦਾ, ਮੰਗਲਾ ਹੈਲਮਟ ਅੱਗੇ, ਫਿਰ ਜਿਹੜਾ ਨਾ ਹੈਲਮਟ ਹੈ ਜਾਂ ਹੈਮਲਟ ਹੈ, ਹੈਲਮਟ ਮੰਗਲਾ ਹੈਲਮਟ ਹੈਮਲਟ ਹੈ। ਅਤੇ ਉਸ ਅੱਗੇ ਜਿਹੜਾ ਨਾ ਇਹ ਨਿਕਲਦਾ ਹੈ ਕਹਿੰਦੇ ਨੇ ਮੀਰਪੁਰ ਮੀਰਪੁਰ ਜਵਾਨ ਤੱਕਾਂਗੇ ਭਾਈ। ਵੇਖੀ ਆਇਆ ਕਦੇ ਸਾਰਾ ਮੀਰਪੁਰ ਕੇ ਆਇਆ ਵਲੌਗ ਹੈ ਵੈਸੇ, ਪਰ ਇੰਝ ਹਾਰ ਨਹੀਂ ਵਲੌਗ, ਮਤਲਬ ਜੇ ਕਹਿੰਦਾ ਸਹੀ ਲੈਵਲ ਦੇ ਵੱਜ ਕੇ ਹੁਣ ਆ ਰਹੇ ਨਾ, ਇਸ ਫਲੋ ਵਿੱਚ ਨਹੀਂ ਵਲੌਗ ਆਇਆ, ਕਰਾਂਗੇ ਇਨਸ਼ਾਅੱਲਾ ਇੱਕ ਵਾਰੀ ਜਿਹੜਾ ਨਾ ਆਉਂਦੇ।
ਟਾਈਮ ਪਾਸ ਯਾਰ ਭਾਈ ਤੁਹਾਡਾ ਤੁਹਾਡਾ ਨਾਮ ਲੈਣ ਦਿਓ ਭਾਈ ਯਾਰ ਪਾਸ ਜਾਣਾ ਯਾਰ ਮੇਰਾ ਪਤਾ ਫਿਰਨੇ ਤਾਂ ਬਹੁਤ ਦਿਲ ਕਰਦਾ ਬਹੁਤ ਮਜ਼ਾ ਆਉਂਦਾ ਭਾਈ ਬਹੁਤ ਮਜ਼ਾ ਆਉਂਦਾ ਭਾਈ ਡਰਨਾ ਨਹੀਂ ਭਾਈ ਐਵੇਂ ਜਿਹੜਾ ਨਾ ਗੁੱਸੇ ਵਿੱਚ ਇੱਧਰ ਇੱਧਰ ਨਿਕਲ ਜਾਂਦਾ ਇਹਨਾਂ ਤੋਂ ਯਾਰ ਬਚੋ ਹੈ ਟੰਪਰ ਜਿਹੜੇ ਹੁੰਦੇ ਨੇ ਸਹੀ ਗੱਲ ਹੈ ਇਹਨਾਂ ਥੱਲੇ ਦੇਣ ਦੀ ਕੋਸ਼ਿਸ਼ ਨਾ ਕਰੋ ਮੋਟਰਸਾਈਕਲ ਵਾਲਿਓ ਅੱਛਾ ਜੀ ਇੱਥੇ ਜਿਹੜਾ ਨਾ ਮਤਲਬ ਕਿ ਹਾਂਜੀ ਜਿਹੜਾ ਨਾ ਰਸ਼ ਅਤੇ ਹਲਕਾ ਫੁਲਕਾ ਜਿਹੜਾ ਨਾ ਐਲਾ ਸੀਨ ਜ਼ਿਆਦਾ ਹੋਣ ਸਟਾਰਟ ਹੋ ਗਿਆ ਅਤੇ ਇਸ ਤੋਂ ਪਿੱਛੇ ਤਕਣ ਜਿਹੜਾ ਸੀ ਨਾ ਉਹ ਪਹਾੜੀਆਂ ਵਿੱਚ ਅਤੇ ਬੜਾ ਪੀਸ ਅਮਨ ਸਕੂਨ ਅਤੇ ਖੂਬਸੂਰਤ ਜਿਹੇ ਨਜ਼ਾਰੇ ਪਿਆਰੇ ਪਿਆਰੇ ਨਜ਼ਾਰੇ ਸਨ ਇੱਥੇ ਜੀ ਜੀ ਰੋਡ ਦੇ ਨਾਲ ਘਰ ਸ਼ਰ ਵਾਹਵਾ ਬਣੇ ਨੇ ਕੋਈ ਸਕੂਲ ਸਕੂਲ ਵੀ ਹੈਨ ਅਤੇ ਮੈਡੀਕਲ ਸਟੋਰ ਵੀ ਹੈਨ ਗੱਡੀਆਂ ਛੱਡੀਆਂ ਅਤੇ ਰਿਪੇਅਰਿੰਗ ਸਪੈਸ਼ਲ ਜਾਂ ਵੀ ਹੈਨ ਉਸ ਬਾਅਦ ਅੱਗੇ ਦੋ ਤਰੇ ਟਰੱਕ ਵੀ ਇੱਕ ਹੋਟਲ 'ਤੇ ਖਲੇ ਨੇ ਅਤੇ ਹੋਟਲ ਸ਼ੋਟਲ ਵੀ ਹੈਨ ਇੱਥੇ ਨਾਲ ਨਾਲ ਜਿਹੜਾ ਨਾ ਅੱਗੋਂ ਚੱਲ ਗਿਆ ਨੇ ਪਿੱਛੇ ਪਹਾੜੀ ਵਾਲਾ ਇਲਾਕਾ ਜਿਹੜਾ ਨਾ ਥੋੜ੍ਹਾ ਸਾਰਾ ਉਹ ਜ਼ਰਾ ਜਿਹੜਾ ਨਾ ਉੱਥੇ ਕੋਈ ਨਹੀਂ ਇਤਨੀਆਂ ਜ਼ਿਆਦਾ ਸਹੂਲਤਾਂ ਲੇਕਿਨ ਇੱਥੇ ਜਿਹੜੀਆਂ ਨਾ ਵਾਹਵਾ ਨੇ ਕਾਫੀ ਨੇ ਖਬਰ ਸ਼ਨਵਾਰੀ ਹੋਟਲ ਇਹ ਸਾਡੇ ਜਿਹੜਾ ਨਾ ਇੱਕ ਯਾਰ ਦਾ ਬੜਾ ਫੇਵਰੇਟ ਹੋਟਲ ਹੈ ਵਿਕਾਸ ਅਹਿਮਦ ਗੁੰਦਲ ਦਾ ਜੇ ਹੁਣ ਵੀਡੀਓ ਵੇਖਦਾ ਆ ਫਿਰ ਉਹਨੂੰ ਨਾਗ ਪਤਾ ਚਾਹੀਦਾ ਤੇ ਜੇ ਨਹੀਂ ਵੇਖਦਾ ਪਿਆ ਤਾਂ ਫਿਰ ਹੁਣ ਕੀ ਆਖ ਸਕਦੇ ਹਾਂ ਕਿਉਂ ਗੁੰਦਲ ਹੋ ਕਿਹੜੀ ਜਾ ਗਏ ਹੈ ਗੁੰਦਲ ਹੋ ਕਿਹੜੀ ਜਾ ਗਏ ਸੰਜਾਨ ਖਾ ਅੱਛਾ ਜੀ ਇੱਥੋਂ ਸਾਹਮਣੇ ਫਿਰ ਇੱਕ ਛੋਟੀ ਜਿਹੀ ਚੜ੍ਹਾਈ ਹੈ ਇਹ ਪਹਾੜੀ ਦੀ ਚੜ੍ਹਾਈ ਹੈ ਇਹ ਜਿਹੜੀ ਹੈ ਨਾ ਮਤਲਬ ਕਿ ਉਹਨਾਂ ਨਹੀਂ ਆਰਟੀਫਿਸ਼ੀਅਲ ਨਹੀਂ ਹੈ ਇਹ ਐਕਚੁਅਲ ਇੱਥੇ ਜਿਹੜੀ ਨਾ ਛੋਟੀ ਜਿਹੀ ਇੱਕ ਇਲ ਨਵਾ ਜਾਂ ਪਹਾੜੀ ਜਾਂ ਫਿਰ ਇੱਕ ਟਿੱਬਾ ਨਵਾ ਬੜਾ ਸਾਰਾ ਟਿੱਬਾ ਨਵਾ ਇੱਕ ਜਗ੍ਹਾ ਵੇ ਇੱਥੇ ਪਹਾੜੀ ਹੈ ਵੇ ਪਿੱਛੇ ਵਾਲੀ ਜਿਹੜੀ ਸੀ ਉਹ ਉਹਨਾਂ ਜਿਹੜੀ ਹੈ ਨਾ ਆਰਟੀਫਿਸ਼ੀਅਲ ਜਿਹੀ ਬਣਾ ਕੇ ਤਾਂ ਪੁੱਲ ਬਣੇ ਆ ਅਸੀਂ ਤਾਂ ਪੁੱਲ ਨਾਲ ਜਿਹੜਾ ਨਾ ਸਾਈਡ 'ਤੇ ਇੰਝ ਦਰਖਤ ਦਰੁਖਤ ਲਾਏ ਜਾਣ ਅਤੇ ਉਹ ਇੰਝ ਦੀ ਫੀਲ ਆਉਂਦੀ ਸੀ ਕਿ ਜੈਸੇ ਕਿ ਇਹ ਵੇਖ ਚੜ੍ਹਾਈ ਹੈ ਥੋੜ੍ਹੀ ਸਾਰੀ ਮੈਂ ਗਲਤੀ ਕੀਤੀ ਹੈ ਲੇਕਿਨ ਮੈਂ ਸਾਰਾ ਆਪਣੇ ਤਰਫੋਂ ਹਿਸਾਬ ਕਿਤਾਬ ਆਪਾਂ ਖਿਆਲ ਰੱਖਣ ਲਾ ਕੇ ਤਾਂ ਤਾਂ ਹੀ ਮੈਂ ਕੀਤਾ ਨਹੀਂ ਤਾਂ ਤੁਹਾਨੂੰ ਪਤਾ ਭਾਈ ਤੁਹਾਡਾ ਰਿਸਕ ਨਹੀਂ ਲੈਂਦਾ ਇੱਧਰ ਤਾਂ ਕੋਈ ਨਹੀਂ ਹੈ ਯਾਰ ਸ਼ਾਇਦ ਕਾਣੇ ਵਾਲੀ ਇੱਧਰ ਤਕਰੀਬਨ ਵਿਦਆਊਟ ਗ੍ਰੀਨਰੀ ਲੈਂਡ ਸਾਰੀ ਪਈ ਥੋੜ੍ਹੇ ਥੋੜ੍ਹੇ ਵਿੱਚ ਹੈ ਨਾ ਸਬਜ਼ ਦਰਖਤ ਵੀ ਹੈ ਨੇ ਲੇਕਿਨ ਉਸ ਲੈਵਲ ਦੇ ਨਹੀਂ ਹੈ ਕਿਸੇ ਸ਼ਹਿਰ ਨੇ ਕਿਹਾ ਕਿਸੇ ਦਾਨਿਸ਼ਵਰ ਨੇ ਕਿਹਾ ਖੂਬ ਇਰਸ਼ਾਦ ਫਰਮਾਇਆ ਹੈ ਤੂੰ ਮੇਰੇ ਲੈਵਲ ਦਾ ਨਹੀਂ ਛੋੜਿਆ ਇਹ ਜਿਹੜਾ ਗ੍ਰੀਨਰੀ ਹੈ ਸਾਡਾ ਲੈਵਲ ਦੀ ਨਹੀਂ 75 ਤੇ ਜੇ ਮੋਟਰਸਾਈਕਲ ਜਾ ਰਿਹਾ ਅਤੇ ਟੋਟਲ 5000 RPMs ਨੇ ਨਹੀਂ ਹੁਣ 5000 RPMs ਨੇ ਅਤੇ 70 ਤੇ ਜਾ ਰਿਹਾ ਸਲੋ ਹੀ ਚਲਾਉਣਾ ਚਾਹੀਦਾ ਜ਼ਿਆਦਾ ਜਿਹੜੀ ਜਾਣਾ ਜਲਦੀ ਨਹੀਂ ਕਰਨੀ ਚਾਹੀਦੀ ਅੱਛਾ ਭਾਈ ਉਹਨਾਂ ਆਪ ਕੀ ਕੀਤਾ ਭਾਈ ਆਪ ਕੀ ਕੀਤਾ ਭਾਈ ਆਪਣੇ ਆਪ ਨੂੰ ਕ੍ਰਿਟੀਸਾਈਜ਼ ਕਰ ਰਿਹਾ ਜਿੱਥੇ ਗਲਤੀ ਕਰਦਾ ਭਾਈ ਮੰਨਦਾ ਵੀ ਹੈ ਨਾਲ ਸਪੀਡ ਨਾਲ ਹੀ ਉੱਤੇ ਟੁਰ ਜਾਂਦੀ ਹੈ ਯਾਰ ਇੱਕ ਤੇਰਾ ਇਹ ਰੋਲ ਹੈ ਜੋ ਉਸ ਟਾਈਮ ਥੋੜ੍ਹਾ ਸਾਰਾ ਅੰਜਾਸ ਜਿਹੜਾ ਕਰਦੇ ਜਾਓ ਅਤੇ ਨਿਕਲ ਜਾਂਦਾ ਹੈ ਅੱਛਾ ਮੈਂ ਵਾਈ ਬੀ ਆਰ ਜੀ ਜਿਹੜਾ ਨਾ ਇਨ ਵਾਈ ਬੀ ਜ਼ੈਡ ਜਿਹੜਾ ਉਹਦੇ ਨਾਲੋਂ ਜ਼ਿਆਦਾ ਕੰਫਰਟੇਬਲ ਜ਼ਿਆਦਾ ਰਿਸਪੋਂਸਿਵ ਰਿਹਾ ਜ਼ਿਆਦਾ ਰੋਡ ਗ੍ਰਿਪ ਵਿਦ ਜ਼ਿਆਦਾ ਜਿਹੜਾ ਨਾ ਇਹਦੀ ਇਫੈਕਟਿਵ ਰਿਸਪੋਂਸ ਹਰ ਚੀਜ਼ ਜਿਹੜੀ ਹੈ ਨਾ ਇਹਦੀ ਮੈਂ ਇਨ ਅਪ ਲੈਵਲ ਸਮਝਦਾ ਵਾਈ ਬੀ ਜ਼ੈਡ ਐਂਡ ਵਾਈ ਬੀ ਜ਼ੈਡ ਡੀ ਐਕਸ ਨਾਲੋਂ ਵਾਈ ਬੀ ਜ਼ੈਡ ਮੈਂ ਤਕਰੀਬਨ ਜਿਹੜਾ ਨਾ ਸਾਲ ਰੱਖਿਆ ਅਤੇ ਯੂਜ਼ ਕੀਤਾ ਮੈਂ ਹੁਣ ਅਰਾਊਂਡ ਹੁਣ ਮੈਂ ਯੂਜ਼ ਕੀਤਾ 40,000 ਕਿਲੋਮੀਟਰ 40,000 ਕਿਲੋਮੀਟਰ ਤੀਕਾ ਜਿਹੜਾ ਨਾ ਮੈਂ ਹੁਣ ਯੂਜ਼ ਕੀਤਾ
ਤੇ ਹੋਰ ਆ ਜਿਹੜਾ ਨਾ ਮੈਂ ਲੁੱਬਲ ਬਾਬ ਤੁਹਾਨੂੰ ਦੱਸ ਰਿਹਾ ਉਹਦੇ ਵਿੱਚ ਤੇ ਇਹਦੇ ਵਿੱਚ ਛੋਟਾ ਜਿਹਾ ਫਰਕ ਮੈਂ ਤੁਹਾਨੂੰ ਜੋ ਸਮਝਾਉਂਦਾ ਛੋਟਾ ਜਿਹਾ ਫਰਕ ਹੈ ਵੇ ਕਿ ਇਹ ਜਿਹੜਾ ਮੋਟਰਸਾਈਕਲ ਹੈ ਨਾ ਐਨ ਤੁਸੀਂ ਇੰਜ ਸਮਝੋ ਜੇ ਪਿੱਛੇ ਤੁਸੀਂ ਪ੍ਰੋਪਰ ਨਾਵੇ ਨਹੀਂ ਨਾ ਕੀਤੇ ਆ ਸਟਾਕ ਕੰਡੀਸ਼ਨ ਵਿੱਚ ਤੁਸੀਂ ਇੰਜ ਚਲਾ ਰਹੇ ਹੋ ਤੇ ਤੁਸੀਂ ਇੰਜ ਸਮਝੋ ਜਦੋਂ ਤੁਸੀਂ 70 ਦੀ ਹੈਂਡਲਿੰਗ ਕਰ ਰਹੇ ਹੋ ਇਤਨਾ ਮਤਲਬ ਕਿ ਈਜ਼ੀ ਟੂ ਹੈਂਡਲ ਹੈ ਤੇ ਕੋਈ ਤੁਹਾਡੀਆਂ ਜਿਹੜੀਆਂ ਨਾ ਬਾਹਾਂ ਨਹੀਂ ਛਿਕੀਆਂ ਜਾਂਦੀਆਂ ਇੱਧਰ ਇੱਧਰ ਕਰਨ ਦੇ ਵਿੱਚ ਜਿਹੜਾ ਵਾਈ ਬੀ ਆਰ ਵਾਈ ਬੀ ਜ਼ੈਡ ਸਪੋਕਸ ਰਿਮ ਵਾਲਾ ਅਤੇ ਦੂਸਰਾ ਵਾਈ ਬੀ ਜ਼ੈਡ ਡੀ ਐਕਸ ਜਿਹੜਾ ਇਹਨਾਂ ਨਵਾਂ ਕੱਢਿਆ ਹੁਣ ਉਸੇ ਸ਼ਕਲ ਵਿੱਚ ਲੇਕਿਨ ਲਾਏ ਰਿਮ ਵਾਲਾ ਉਹ ਜਿਹੜੇ ਨੇ ਨਾ ਉਹਨਾਂ ਉੱਤੇ ਬਾਂਹ ਜਿਹੜੀ ਹੈ ਨਾ ਦਰਦ ਕਰਨ ਲੱਗ ਜਾਂਦੀ ਹੈ ਇਤਨੀ ਹੱਦ ਤੱਕ ਜਿਹੜਾ ਨਾ ਉਹ ਵੀ ਹੈਂਡਲਿੰਗ ਸਟਿਫ ਹੈ ਐਜ ਹੀ ਰਾਕਟ ਜਾ ਰਿਹਾ ਇਹ ਮੰਡੀ ਵਿੱਚ ਤਾਂ ਤਕਰੀਬਨ ਖਤਮ ਹੋ ਗਿਆ ਅਤੇ ਇਹ ਕੋਈ ਜਾ ਰਿਹਾ ਵੇਖ ਆਪਣਾ ਜਿਹੜਾ ਨਾ ਸਾਜ਼ ਵੀ ਵਜਾਉਂਦਾ ਜਾ ਰਿਹਾ ਇੱਧਰੋਂ ਮੈਂ ਤੁਹਾਨੂੰ ਸਾਈਡ 'ਤੇ ਥੋੜ੍ਹਾ ਥੋੜ੍ਹਾ ਦੇ ਦਿੰਦਾ ਜਿਹੜਾ ਲੋਕ ਦੁਕਾਨਾ ਮੈਂ ਇਹਦੇ ਨਜ਼ਦੀਕ ਨਹੀਂ ਜਾਣਾ ਚਾਹ ਰਿਹਾ ਇਹ ਜਿਹੜਾ ਨਾ ਇਹ ਇਹ ਬਾਈਕ ਵਿੱਚ ਜਿਹੜਾ ਨਾ ਇਤਨਾ ਜ਼ਿਆਦਾ ਤਾਂ ਕੋਈ ਨਹੀਂ ਲੇਕਿਨ ਹਲਕਾ ਫੁਲਕਾ ਬਾਡੀ ਰੋਲ ਹੈ ਵੇ ਅਤੇ ਇਸ ਵਾਸਤੇ ਜਿਹੜਾ ਨਾ ਭਾਈ ਨਜ਼ਦੀਕ ਨਹੀਂ ਜਾਣਾ ਚਾਹ ਰਿਹਾ ਸੇਫਟੀ ਦੇ ਮੱਦੇ ਨਜ਼ਰ ਰੱਖਦੇ ਹਾਂ ਉਹ ਬਾਡੀ ਰੋਲ ਤਾਂ ਮੇਰਾ ਬਾਡੀ ਰੋਲ ਤਾਂ ਜ਼ਿਆਦਾ ਮੇਰੇ ਖਿਆਲ ਨਾਲ ਕਾਰਜ ਵਿੱਚ ਡਿਸਕਸ ਕੀਤਾ ਜਾਂਦਾ ਇਹਦੇ ਵਿੱਚ ਚਲੋ ਬਾਡੀ ਰੋਲ ਹੀ ਸਮਝ ਲਵੋ ਨਾ ਵਾ ਉਹ ਰਹੀ ਵਾਹ ਦੇ ਪ੍ਰੈਸ਼ਰ ਨਾਲ ਜਿਹੜਾ ਨਾ ਬਾਈਕ ਹਲਕਾ ਫੁਲਕਾ ਜਿਹੜਾ ਨਾ ਡੋਲ ਜਾਂਦਾ ਲੇਕਿਨ ਇਹ ਕਾਫੀ ਸਟੇਬਲ ਹੈ ਕਾਫੀ ਜ਼ਿਆਦਾ 1:5 ਦੀ ਨਿਸਬਤ ਅਤੇ ਵਾਈ ਬੀ ਜ਼ੈਡ ਦੀ ਨਿਸਬਤ ਜੀ ਐੱਸ ਦੇ ਮੁਤਲਕ ਮੈਂ ਕੋਈ ਵਰਡਿਕਟਸ ਨਹੀਂ ਦੇ ਸਕਦਾ ਕਿਉਂਕਿ ਮੈਂ ਜੀ ਐੱਸ ਰੱਖੀ ਵੀ ਨਹੀਂ ਅਤੇ ਮੈਂ ਜੀ ਐੱਸ ਦਾ ਯੂਜ਼ਰ ਵੀ ਨਹੀਂ ਅਤੇ ਮੈਂ ਜੀ ਐੱਸ ਦੇ ਮੁਤਲਕ ਜ਼ੀਰੋ ਨੌਲੇਜ ਹੈ ਇੱਕ ਰਾਈਡ ਹੁੰਦੀ ਹੈ ਨਾ ਇੱਕ ਰਾਈਡ ਉਹ ਵੀ ਨਹੀਂ ਕੀਤੀ ਮੈਂ ਜੀ ਐੱਸ ਉੱਤੇ ਅੱਜ ਤੱਕ ਅਤੇ ਜੀ ਐੱਸ ਦੇ ਮੁਤਲਕ ਮੇਰਾ ਜਿਹੜਾ ਬਿਲਕੁਲ ਜ਼ੀਰੋ ਨੌਲੇਜ ਅਤੇ ਜ਼ੀਰੋ ਐਕਸਪੀਰੀਅੰਸ ਮੈਂ ਜ਼ੀਰੋ ਕਹਿ ਸਕਦਾ ਨੌਲੇਜ ਮੈਨੂੰ ਥੋੜ੍ਹਾ ਬਹੁਤ ਆਇਆ ਵੇ ਕਿਉਂਕਿ ਮੈਂ ਕਾਫੀ ਜਿਹੜੇ ਨਾ ਰਿਵਿਊਜ਼ ਅਤੇ ਯੂਜ਼ਰ ਐਕਸਪੀਰੀਅੰਸ ਜਿਹੜੇ ਨਾ ਉਹ ਮੈਂ ਦੇਖੇ ਨੇ ਅਤੇ ਨੌਲੇਜ ਥੋੜ੍ਹਾ ਬਹੁਤ ਆਇਆ ਵੇ ਅਤੇ ਐਕਸਪੀਰੀਅੰਸ ਜਿਹੜਾ ਮੇਰਾ ਨਾ ਉਹ ਕੋਈ ਨਹੀਂ ਉਹਦੇ ਮੁਤਲਕ ਬਾਈ ਸੁਜ਼ੂਕੀ ਜੀ ਐੱਸ 150 ਅਤੇ ਜਿਹਨਾਂ ਦਾ ਮੈਨੂੰ ਐਕਸਪੀਰੀਅੰਸ ਮੈਂ ਉਹਨਾਂ ਨਾਲ ਹੀ ਇਸ ਚੀਜ਼ ਨੂੰ ਕੰਪੇਅਰ ਕਰਨ ਦੀ ਕੋਸ਼ਿਸ਼ ਕਰ ਰਿਹਾ ਇੱਥੇ ਫਿਰ ਚੰਗੇ ਭਲੇ ਜੰਪ ਨੇ ਰੱਜ ਬੜੇ ਜੰਪ ਹਨ ਇੱਥੇ ਵੀ ਇੱਥੇ ਟ੍ਰੇਨ ਦੀ ਲਾਈਨ ਹੈ ਤਾਂ ਲਾਈਨ ਜਿਹੜੀ ਆ ਮੇਰੇ ਖਿਆਲ ਨਾਲ ਇਸਤੇਮਾਲ ਨਹੀਂ ਹੁੰਦੀ ਹੁਣ ਅਤੇ ਉਹ ਜਿਹੜੀ ਆ ਬੜੀ ਟੂਟ ਫੂਟ ਦਾ ਸ਼ਿਕਾਰ ਹੈ ਛੋਟੀਆਂ ਕਾਰਾਂ ਅਤੇ ਛੋਟੇ ਬਾਈਕਸ ਜਿਹੜੇ ਨੇ ਨਾ ਉਹਨਾਂ ਵਾਸਤੇ ਰੱਜ ਬੜਾ ਮਸਲਾ ਹੈ ਅਤੇ ਵੱਡੀ ਗੱਡੀ ਵਾਸਤੇ ਜਿਹੜਾ ਨਾ ਕੋਈ ਨਹੀਂ ਰੋਲਾ ਟਰੱਕਾਂ ਸ਼ਰੱਕਾਂ ਕੋਈ ਨਹੀਂ ਇਤਨਾ ਰੋਲਾ ਹੁੰਦਾ ਖਾਲੀ ਟਰੱਕ ਹੋਵੇ ਭਰੇ ਜਿਹਾ ਟਰੱਕ ਹੋਵੇ ਅਤੇ ਉਹਨਾਂ ਰੱਜ ਬੜਾ ਰੋਲਾ ਹੁੰਦਾ ਅਤੇ ਅੱਗੇ ਨਿਕਲ ਜਾ ਜੀ ਮੈਂ ਹੁਣ ਇੱਥੇ ਥੋੜ੍ਹਾ ਸਾਰਾ ਡੂੰਘਣਾ ਪੈਟਰੋਲ ਵੀ ਜਲਾ ਬਜਾਇਆ ਮੇਰੇ ਨਾਲ ਆਈ ਹੈ ਪੈਣੀ ਮੈਂ ਵੇਖਦਾ ਜੇ ਕਿਤੇ ਮੇਰੇ ਨਜ਼ਰ ਆਉਂਦਾ ਨਾ ਪੈਟਰੋਲ ਪੰਪ ਤਾਂ ਪੈਟਰੋਲ ਵੀ ਪਵਾਉਂਦੇ ਹਾਂ ਅਤੇ ਜਿਹੜਾ ਪੈਟਰੋਲ ਪਵੇਗਾ ਤੁਹਾਡੇ ਸਾਹਮਣੇ ਪਵੇਗਾ ਤੁਹਾਨੂੰ ਅੰਦਾਜ਼ਾ ਹੋਵੇ ਕਿ ਵਾਈ ਬੀ ਜ਼ੈਡ ਜਿਹੜਾ ਵਾਈ ਬੀ ਆਰ ਜੀ ਜਿਹੜਾ ਹੈ ਕੀ ਫਿਊਲ ਐਵਰੇਜ ਹੈ ਕਿਤਨੀ ਜਿਹੜੀ ਕੰਜ਼ਮਪਸ਼ਨ ਹੈ ਕੀ ਜਿਹੜਾ ਹਿਸਾਬ ਕਿਤਾਬ ਹੋਵੇ ਕਿਧਰੇ ਮੈਂ ਨਜ਼ਰ ਆਉਂਦਾ ਪੈਟਰੋਲ ਪੰਪ ਤਾਂ ਮੈਂ ਰੁਕਦਾ ਵੀਡੀਓ ਇਜ਼ ਚੱਲਿੰਗ ਚੱਲ ਰਹੀ ਹੈ ਵੀਡੀਓ ਮੈਨੂੰ ਲੱਗ ਰਿਹਾ ਮੈਂ ਪੰਪ ਕਿਧਰੇ ਪਿੱਛੇ ਕਿੱਦਾਂ ਛੱਡ ਆਇਆ
ਸ਼ੱਕ ਤਾਂ ਮੈਨੂੰ ਜੀ ਪੈ ਰਿਹਾ ਤੇ ਸ਼ੱਕ ਮੈਨੂੰ ਸਹੀ ਹੋ ਰਿਹਾ ਕਿ ਪੱਕ ਵਿੱਚ ਤਬਦੀਲ ਵੀ ਹੋਣੇ ਵਾਲਾ ਲੈਟਸ ਸੀ ਵਾਟ ਹੈਪਨਡ ਵਾਟ ਵਿਲ ਹੈਪਨ ਵਾਟ ਹੈਪਨ ਜੋ ਵੀ ਜੇ ਸ਼ੈਲ ਵਿਲ ਤੇ ਕਰ ਹੀ ਲਵਿਆ ਕਰੋ ਨਾ ਜ਼ਿਕ ਯਾਰ ਇੱਥੇ ਪੈਟਰੋਲ ਪੰਪ ਲੱਭ ਵੀ ਜੇ ਕਦੀ ਪੰਪ ਸਾਹਿਬ ਲੋ ਪੰਪ ਲੋ ਜੀ ਲੋ ਫਿਲਿੰਗ ਸਟੇਸ਼ਨ ਪਿੱਛੇ ਛੱਡ ਆਇਆ ਮੈਂ ਗੱਲਾਂ ਗੱਲਾਂ ਵਿੱਚ ਤੁਹਾਡੇ ਨਾਲ ਜਿਹੜੇ ਵੀਡੀਓ ਧਿਆਨ ਨਾਲ ਵੇਖਦੇ ਨੇ ਤਾਂ ਉਹਨੇ ਇਸ ਸਾਈਡ ਦਾ PSO ਦਾ ਵੇਖ ਲਿਆ ਉਹਨੇ ਚਲੋ ਫੋਨ ਅੱਪੜੀ ਜੇ ਦਾ ਮੰਡੀ ਦਾ ਅਤੇ ਫੋਨ ਖੈਰ ਮੇਰੀ ਮੈਂ ਦੋ ਵਿਚਲੇ ਰਾਹ ਜਾਣਾ ਕਿਹੜਾ ਮੈਂ ਬਾਹਰੋਂ ਬਾਹਰ ਜਾਣਾ ਗੁਜਰਾਤ ਵਾਲਾ ਤਾਂ ਮੈਂ ਜਾਣਾ ਨਹੀਂ ਜੇ ਗੁਜਰਾਤ ਨੂੰ ਜਾਣਾ ਹੁੰਦਾ ਤਾਂ ਫਿਰ ਚਲੋ ਮੈਂ ਅੱਗੋਂ ਪਵਾ ਲੈਂਦਾ ਸਾਰੀਆਂ ਦੇ ਨਜ਼ਦੀਕ ਕਿਧਰ ਤਾਂ ਇੱਧਰ ਚੱਲੇਗਾ ਇੱਧਰ ਬਥੇਰਾ ਅੱਧੀ ਟੈਂਕੀ ਪਈ ਹੈ ਯਾਰ ਅੱਧੀ ਤੋਂ ਚੌਕੀ ਵਿੱਚ ਅੱਧੀ ਤੋਂ ਇਤਨੀ ਵਿੱਚ ਤਾਂ ਮੈਂ ਹੋ ਕੇ ਤਾਂ ਇੱਥੇ ਆਪਣਾ ਅਤੇ ਅੱਗੇ ਮੰਡੀ ਜਾਣ ਵਾਸਤੇ ਤਾਂ ਲਾਹਮੇ ਦੀ ਹੋਣੀ ਹੈ ਨਾ ਇਹ ਚਲੋ ਇਹ ਵੀ ਇੱਕ ਵਾਰੀ ਚਲੋ ਰਿਕਾਰਡ ਬਣ ਜਾਵੇ ਬਾਬਾਈ ਵੀ ਯਾਰ ਜੀ ਜਿਹੜੀ ਹੈ ਉਹਦੀ ਸਬੂਤੀ ਟੈਂਕੀ ਵੇ ਜਿਹੜਾ ਨਾ ਬੰਦਾ ਇਸਲਾਮਾਬਾਦ ਸਾਰਾ ਇੱਕ ਵਾਰੀ ਫਿਰ ਟੋਰ ਕੇ ਅਤੇ ਆ ਗਿਆ ਇਹਦੇ ਵਿੱਚ ਟਿਊਨਿੰਗ ਵੀ ਹੋਈ ਹੈ ਟਿਊਨਿੰਗ ਵਿੱਚ ਵੀ ਇਹਦੇ ਵਿੱਚ ਵੀ ਪੈਟਰੋਲ ਲੱਗਾ ਉਹ ਨਾ ਮੈਨੂੰ ਦੱਸਣ ਲੱਗੇ ਆਈ ਬਾਈ ਦੱਸਾਂ ਇਹ ਟੇਨ ਪਾਏ ਆ ਮੈਂ ਕਿਹਾ ਆਹੋ ਕਹਿੰਦਾ ਇਹਦੇ ਵਿੱਚ ਥੋੜ੍ਹਾ ਸਾ ਸਿੰਪਲ ਮਿਕਸ ਕਰਾ ਲਿਆ ਮੈਂ ਕਿਹਾ ਠੀਕ ਹੈ ਜਨਾਬ ਜੀ ਕਹਿੰਦਾ ਤੇ ਉਹ ਹੀ ਕਰਵਾ ਲਵਾਂਗੇ ਸਾਰਾ ਹਜੇ ਟ੍ਰੇਨਿੰਗ ਪਾਈ ਵੀ ਸੀ ਆ ਨਾ ਪਾਈ ਵੀ ਮਿਕਸ ਹੀ ਕਰਵਾਇਆ ਉਹ ਥੋੜ੍ਹਾ ਥੋੜ੍ਹਾ ਜ਼ਿਆਦਾ ਹੋ ਗਿਆ ਨਾ ਕੁਆਂਟਿਟੀ ਵਿੱਚ ਹੁਣ ਸਹੀ ਹੋਇਆ ਹੋਣਾ ਫਿਰ ਅੱਗੇ ਕੀ ਆ ਗਈ ਅੱਗੇ ਕਾਰ ਆ ਗਈ ਏ ਭਾਈ ਥੋੜ੍ਹਾ ਥੋੜ੍ਹਾ ਛੇਕ ਰਿਹਾ ਲੇਕਿਨ ਮੈਂ ਉਮੀਦ ਕਰਦਾ ਕਿ ਮੈਂ ਮੰਡੀ ਅੱਪੜ ਜਾਵਾਂ ਨਹੀਂ ਪਵਾ ਰਿਹਾ ਤੇਲ ਮੈਂ ਨਾ ਬਸ ਫਾਈਨਲ ਹੋ ਗਿਆ ਨਹੀਂ ਪਵਾ ਰਿਹਾ ਜਿਹੜਾ ਪੁੱਲ ਇਹਦੇ ਥੱਲੇ ਮੈਂ ਟ੍ਰੇਨ ਦੀ ਲਾਈਨ ਗੁਜ਼ਰ ਰਹੀ ਹੈ ਇੱਕ ਵਾਰੀ ਭਾਈ ਬੜੀ ਹੈ ਇੱਥੋਂ ਜਿਹੜੀ ਨਾ ਮੁਸ਼ਕਤ ਕਰਕੇ ਅਤੇ ਵਿੱਚੋਂ ਵਿਰਲਿਆਂ ਤੋਂ ਵੇਖ ਆਏ ਮੇਰੇ ਥੱਲੇ ਕਿ ਇਹਦੇ ਥੱਲੇ ਇੱਕ ਲੈਨ ਨਹੀਂ ਇਹਦੇ ਥੱਲੇ ਰੱਜ ਬੜੀਆਂ ਲੈਣਾ ਨੇ ਐਲੀ ਸ਼ਹਿਰ ਦੇ ਵਿੱਚ ਜਾ ਰਿਹਾ ਜੀ ਅਸੀਂ ਹੁਣ ਜੇਲਮ ਵਿੱਚ ਹਾਂ ਜੇਲਮ ਵਿੱਚੋਂ ਲੱਗਦੇ ਹਾਂ ਪੈਸੇ ਜੇਲਮ ਸ਼ਹਿਰ ਜੇਲਮ ਕ੍ਰਾਸਿੰਗ ਜੇਲਮ ਔਨ ਮੋਟਰ ਬਾਈਕ ਔਨ GT ਰੋਡ ਐਂਡ 5 ਮੈਂ ਕੁਝ ਨਹੀਂ ਬੋਲ ਸਕਦਾ ਤੁਸੀਂ ਜੋ ਕੁਝ ਵੇਖ ਲਿਆ ਬਸ ਛੱਡ ਦਿਓ ਸਾਰਾ ਕੁਝ ਛੱਡ ਦਿਓ ਜੋ ਕੁਝ ਤੁਸੀਂ ਵੇਖਣਾ ਹੀ ਵੇਖ ਲਿਆ ਮੈਂ ਇਹਦੇ ਉੱਤੇ ਕੋਈ ਕਮੈਂਟਸ ਨਹੀਂ ਦੇ ਰਿਹਾ ਕੋਈ ਤਬਸਰਾ ਨਹੀਂ ਕਰਦਾ ਬਸ ਠੀਕ ਹੋ ਗਿਆ ਜੋ ਹੋ ਗਿਆ ਗੁੱਡ ਹੋ ਗਿਆ
ਹੈ ਜੀ ਜ਼ੁਲਮ ਦਾ ਇੱਕ ਸ਼ੋਕ ਇਹਦੇ ਉੱਤੇ ਤਾਰਾ ਜਿਹਾ ਲੱਗਿਆ ਬੜਾ ਅਤੇ ਨਾਲ ਹੀ ਜਿਹੜਾ ਨਾ ਮੈਂ ਕੁਝ ਨਹੀਂ ਦੱਸਣਾ ਉਹ ਵੀ ਉਹ ਇੱਕ ਸੀਕਰਟ ਜਗ੍ਹਾ ਮਤਲਬ ਕਿ ਵੀਡੀਓ ਯਾਰ ਹਰ ਪਾਸੇ ਜਾਣੀ ਹੁੰਦੀ ਹੈ ਅਤੇ ਬੰਦਾ ਇਹ ਚੀਜ਼ ਨਹੀਂ ਹੈ ਦੱਸਣੀ ਚਾਹੀਦੀ ਅਤੇ ਚੌਂਕ ਹੈ ਕਾਫੀ ਵੱਡਾ ਮੇਨ ਜਿਹਾ ਚੌਂਕ ਹੈ ਇਹਦੇ ਵਿੱਚੋਂ ਜਿਹੜਾ ਨਾ ਉਹ ਦੱਫਰਾਂ ਤੋਂ ਵੀ ਰਾਹ ਨਿਕਲ ਜਾਂਦਾ ਹਲਕੇ ਫੁਲਕੇ ਬ੍ਰਾਂਡਸ ਹੈ ਇੰਟਰਨੈਸ਼ਨਲ ਸਬਵੇ ਵੀ ਇਹ ਚਾਏ ਖਾਨਾ ਸਵੀਟਸ ਐਂਡ ਬੇਕਰਸ ਹਲਕੇ ਫੁਲਕੇ ਬ੍ਰਾਂਡ ਜਿਹੜੇ ਨੇ ਮੈਂ ਤੁਹਾਨੂੰ ਦੱਸ ਰਿਹਾ ਪੈਟਰੋਲ ਪੰਪ ਵੀ ਐਪ ਹੀ ਆ ਸਾਰਿਆਂ ਦਾ ਲੇਕਿਨ ਇਹਨਾਂ ਕੋਲ ਉਹ ਨਹੀਂ ਹੁੰਦਾ ਨਾ ਹਾਈਵੇ ਨਹੀਂ ਹੁੰਦਾ ਇਸ ਵਾਸਤੇ ਪਾਣੀ ਦੀ ਲੋੜ ਨਹੀਂ ਯਾਰ ਪਾਣੀ ਮਿਕਸ ਕਰਾਉਣਾ ਸੀ ਨਾ ਅੱਛਾ ਜੀ ਹੁਣ ਅਸੀਂ ਪਹੁੰਚ ਆਏ ਹਾਂ ਜੇਹਲਮ ਦੇ ਆਪਣਾ ਟੂਲ ਪਲਾਜ਼ੇ ਦੇ ਜੇਹਲਮ ਦਾ ਟੂਲ ਪਲਾਜ਼ਾ ਕ੍ਰਾਸ ਕੀਤਾ ਤਾਂ ਅੱਗੇ ਹੁਣ ਆ ਗਿਆ ਦਰਿਆਏ ਜੇਹਲਮ ਇਹ ਜੀ ਹੁਣ ਅਸੀਂ ਦਰਿਆਏ ਜੇਹਲਮ ਦੇ ਪੁਲ ਦੇ ਉੱਤੋਂ ਕਬੂਕਰ ਨਿਕਲ ਰਹੇ ਹਾਂ ਪਾਣੀ ਵਾਲੇ ਵਿੱਚ ਜਿਹੜਾ ਨਾ ਦੇ ਪਾਣੀ ਨਾ ਦੀ ਕੋਈ ਚੀਜ਼ ਨਹੀਂ ਹੈ ਥੋੜ੍ਹੀ ਜਿਹੀ ਵੀ ਨਹੀਂ ਹੈ ਬਿਲਕੁਲ ਵੀ ਨਹੀਂ ਹੈ ਪਾਣੀ ਜਿਹੜਾ ਕੋਈ ਹੈ ਰਹੇ ਨਾ ਸ਼ਹਿਰ ਦੀ ਨਿਕਾਸੀ ਦੇ ਹੀ ਹੋਣਾ ਕਿਉਂਕਿ ਉਹ ਪਰਲਾ ਜਿਹੜਾ ਨਾ ਜਾ ਰਿਹਾ ਪੁਲ ਉਹ ਆਪਣਾ ਜਿਹੜਾ ਨਾ ਸਾਹਮਣੇ ਵਾਲਾ ਬਿਲਕੁਲ ਬਰੀਕ ਜਿਹਾ ਨਜ਼ਰ ਆ ਰਿਹਾ ਨਾ ਸਾਹਮਣੇ ਉਹ ਇਹ ਪੁਰਾਣਾ ਪੁਲ ਉਹਦੇ ਨਾਲੋਂ ਹੀ ਜਿਹੜਾ ਨਾ ਟ੍ਰੇਨ ਦੀ ਲਾਈਨ ਨਹੀਂ ਹੈ ਨਾਲ ਹੀ ਟ੍ਰੇਨ ਦੀ ਲਾਈਨ ਹੈ ਨਾਲ ਹੀ ਪੁਲ ਹੈ ਅਤੇ ਉਹ ਵੀ ਤਾਂ ਕਿਸੇ ਦਿਨ ਦੁਕਾਨ ਦਾ ਅਤੇ ਇੱਧਰ ਜਿਹੜਾ ਨਾ ਸਨਸੈਟ ਵੀ ਹੋ ਰਿਹਾ ਬੜਾ ਖੂਬਸੂਰਤ ਜਿਹਾ ਅਤੇ ਨਾਲ ਹੀ ਜਿਹੜਾ ਨਾ ਪਰਲੀ ਸਾਈਡ 'ਤੇ ਤੁਹਾਨੂੰ ਇਸਲਾਮਾਬਾਦ ਜਾਣ ਵਾਲਾ ਪੁਲ ਵੀ ਨਜ਼ਰ ਆ ਰਿਹਾ ਸਾਹਮਣੇ ਜੀ ਟਿਊਲਪ ਹੋਟਲ ਹੈ ਟਿਊਲਪ ਰਿਵਰ ਸਾਈਡ ਹੋਟਲ ਹੈ ਅੱਛਾ ਜੀ ਦਰਿਆਏ ਚਨਾਬ ਉੱਤੇ ਜਿਹੜਾ ਨਾ ਇਸ ਰੋਡ ਉੱਤੇ ਜਿਹੜਾ ਨਾ ਅਕਬਰਸ ਕਿਨਾਰਾ ਅਤੇ ਇਸ ਰੋਡ ਉੱਤੇ ਜਿਹੜਾ ਨਾ ਦਰਿਆਏ ਜੇਹਲਮ ਉੱਤੇ ਟਿਊਲਪ ਰਿਵਰ ਸਾਈਡ ਹੋਟਲ ਹੈ ਇਹ ਵੀ ਤੁਹਾਨੂੰ ਨਾਲ ਦੱਸ ਦਿੱਤਾ ਜਿਹੜਾ ਨਹੀਂ ਪਤਾ ਸਾਰਿਆਂ ਨੂੰ ਪਤਾ ਹੁਣ ਜੋ ਵੀ ਹੈ ਛੱਡੋ ਜਾ ਅੱਛਾ ਜੀ ਇੱਥੇ ਹੀ ਨਾਲ ਅੱਗੇ ਮੈਕਡੋਨਲਡਜ਼ ਵੀ ਹੈ ਮੈਕਡੋਨਲਡਜ਼ ਲੇਕਿਨ ਉਹ ਹੁਣ ਬੰਦ ਹੁੰਦਾ ਬੰਦ ਇਸ ਵਾਸਤੇ ਹੁੰਦਾ ਕਿ ਕਰੋਨਾ ਦੀਆਂ ਇਹ ਜੀ ਮੈਕਡੋਨਲਡ ਇੱਥੇ ਜਿਹੜਾ ਨਾ ਕਰੋਨਾ ਦੀ ਐਸ ਓ ਪੀ ਜਿਹੜੀ ਨਾ ਉਹ ਗਣੇ ਅਰੋਲਾ ਔਰਾ ਤੋਂ ਤਾਂ ਵਾਸਤੇ ਬੰਦ ਹੁੰਦਾ ਅਤੇ ਪਰਹੇਜ਼ ਕਰਨੀ ਚਾਹੀਦੀ ਹੈ ਤੁਹਾਨੂੰ ਸਾਰਿਆਂ ਨੂੰ ਪਹਿਲੇ ਭਾਈ ਕਿਸੇ ਹੋਰ ਲੈਣ 'ਚ ਟੁਰਨ ਲਗਾਈ ਹੋਰ ਇਸ ਲੈਣ 'ਚ ਆ ਜਾਈਏ ਪਹਿਲੇ ਮੈਂ ਹੋਰ ਸਾਥ ਜੇ ਪਹਿਲੇ ਮੇਰੇ ਕੈਮਰਾ ਘੋੜੀ ਲੱਗੇ ਫਿਰ ਮੇਰੀ ਯਾਦ ਹੈ ਭਾਈ ਕੈਮਰੇ ਤਾਂ ਤੁਹਾਨੂੰ ਚਾਹੀਦੀਆਂ ਚਾਹੀਦੀਆਂ ਗੱਲ ਨਹੀਂ ਦੱਸੇ ਨਾ ਬਿਲਕੁਲ ਜੀ ਇਹਦੇ 'ਤੇ ਯਾਦ ਕਰਨੀ ਚਾਹੀਦੀ ਹੈ ਸਾਰੇ ਜਿਹੜੇ ਨਾ ਇਹਦੇ ਪ੍ਰੀਕੋਸ਼ਨ ਉਹ ਲੈਣੇ ਚਾਹੀਦੇ ਨੇ ਕਮ ਅਜ਼ ਕਮ ਬੰਦੇ ਨੇ ਆਪਣੇ ਦੇਖਣਾ ਯਾਰ ਹੋਵੇ ਨਾ ਵਾ ਚਲੋ ਐਟਲੀਸਟ ਟਾਈਮ ਸੇ ਅੱਛਾ ਜੀ ਜੇਹਲਮ ਪਿੱਛੇ ਅਸੀਂ ਛੱਡ ਦਿੱਤਾ ਜੇਹਲਮ ਦਰਿਆ ਜੇਹਲਮ ਦੇ ਪਰਲੇ ਪਾਸੇ ਜਾਈ ਹੁਣ ਅਸੀਂ ਆ ਗਏ ਹਾਂ ਸਰਾਈ ਆਲਮਗੀਰ ਅਤੇ ਇਹ ਵੇ ਜ਼ਿਲ੍ਹਾ ਗੁਜਰਾਤ ਦੇ ਉੱਤਰ ਸੀ ਡਿਸਟ੍ਰਿਕਟ ਗੁਜਰਾਤ ਵਿੱਚ ਅਸੀਂ ਆ ਗਏ ਹਾਂ ਜੀ ਤੁਸੀਂ ਵੇਖਦੇ ਹੋ ਜ਼ਿਲ੍ਹਾ ਗੁਜਰਾਤ ਦੀ ਤਹਿਸੀਲ ਸਰਾਈ ਆਲਮਗੀਰ ਉਹ ਸਰਾਜ ਤਹਿਸੀਲ ਹੈ ਜਾਂ ਕੁਝ ਹੀ ਪਤਾ ਨਹੀਂ ਹੁਣ ਜੋ ਵੀ ਹੈ ਸ਼ੀਸ਼ਾ ਵਿੱਚੋਂ ਜੀ ਸਥਾਨ ਦਾ ਨਾਲ ਨਜ਼ਾਰਾ ਆ ਰਿਹਾ ਜਿਉਂ ਤਾਂ ਹੈ ਜੋ ਕੈਮਰਾ ਮੇਰੇ ਕੋਲ ਜਾਣ ਭਾਅ ਹੋਈ ਆ ਹੋਇਆ ਨਾ ਅਤੇ ਚਲੋ ਵੀਡੀਓ ਬਣਾ ਦੇ ਜਿੱਥੋਂ ਵੀ ਕਹਿੰਦੇ ਫਿਰ ਬਣ ਗਏ ਜੀ ਗੋਲ ਜਿਹਾ ਚੌਂਕ ਇੱਥੋਂ ਜਿਹੜਾ ਨਾ ਇੱਧਰ ਸਿੱਧੇ ਖੱਬੇ ਪਾਸੇ ਹੋ ਜਾਈਏ ਅਤੇ ਮੈਂ ਸਿੱਧਾ ਉਸੇ ਰੋਡ ਉਸੇ ਪੁਲ ਉੱਤੇ ਲੈ ਜਾਂਦਾ ਜਿਹੜਾ ਮੈਂ ਤੁਹਾਨੂੰ ਦੱਸਿਆ ਵਾ ਇੱਕ ਸਾਈਡ 'ਤੇ ਨਾਲ ਹੀ ਟ੍ਰੇਨ ਦੀ ਲਾਈਨ ਅਤੇ ਨਾਲ ਹੀ ਜਿਹੜਾ ਨਾ ਰੋਡ ਬਿਲਕੁਲ ਨਾਲ ਅਤੇ
ਇਹ ਸਿੱਧਾ ਰੋਡ ਉੱਧਰ ਟੁੱਟ ਜਾਂਦਾ ਤੇ ਇੱਧਰੋਂ ਜਿਹੜਾ ਬਾਈਪਾਸ ਵੀ ਆਪਣੇ ਆ ਇੱਥੇ ਸਾਡਾ ਜੀ ਜੀਟੀ ਰੋਡ ਨੇ ਤਕਰੀਬਨ ਜਿਹੜਾ ਬਾਏ ਬਾਏ ਆਪਣੇ ਦਾ ਟਾਈਮ ਆ ਗਿਆ ਆਲਮਗੀਰ ਟਰੱਕ ਅਤੇ ਬੇਸਿਕਲੀ ਜਿਹੜਾ ਨਾ ਇਸ ਵਾਸਤੇ ਇਸਤੇਮਾਲ ਹੈ ਗੱਡੀਆਂ ਦਾ ਜਿਹੜਾ ਨਾ ਟੋ ਕਰਨ ਵਾਸਤੇ ਇਹਦੇ ਵਿੱਚ ਮੇਰੇ ਖਿਆਲ ਨਾਲ ਕੋਈ ਇਹ ਗੱਡੀ ਜਿਹੜੀ ਹੈ ਨਾ ਹੋਰ ਵੀ ਨਾ ਰੱਖੀ ਹੋਈ ਹੈ ਕਲੇਮ ਫਲੇਮ ਹੈ ਜਾਂ ਫਿਰ ਜੋ ਵੀ ਜਿਹੜਾ ਸੀਨ ਹੈ ਅੱਛਾ ਜੀ ਇਹ ਬੋਰਡ ਆ ਗਿਆ ਇਹ ਲਾਹੌਰ ਸਿੱਧਾ ਮੰਡੀ ਸੱਜੇ ਮੀਰਪੁਰ ਖੱਬੇ ਵਾਲੀ ਸੜਕੇ ਉੱਤੇ ਜਿਹੜਾ ਨਾ ਚਾੜਦਾ ਅੱਗੋਂ ਫਿਰ ਕੈਮਰੇ ਦੇ ਜਿਹੜੇ ਨਾ ਹਾਲਾਤ ਵੇਹਨੇ ਆ ਕੀ ਨੇ ਇੱਧਰ ਜਿਹੜਾ ਨਾ ਖੱਬੇ 'ਤੇ ਹੋਈਏ ਅਤੇ ਇੱਥੋਂ ਸਿੱਧੇ 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 ਲੱਗੇ ਜਾਈਏ ਨਾ ਅਤੇ ਇਹ ਜਿਹੜੀ ਜਗ੍ਹਾ ਹੈ ਇਹ ਹੁੰਦੀ ਹੈ ਅੱਗੇ ਮੀਰਪੁਰ ਵਾਲੀ ਸਾਈਡ 'ਤੇ ਜਿਹੜਾ ਨਾ ਇਹ ਨਿਕਲ ਜਾਂਦੀ ਹੈ ਅਤੇ ਇੱਥੋਂ ਜੇ ਹੋ ਜਾਈਏ ਨਾ ਫਿਰ ਖੱਬੇ ਅਤੇ ਸਾਹਮਣੇ ਖੂਬਸੂਰਤ ਜਿਹਾ ਸਨਸੈੱਟ ਨਜ਼ਰ ਆਉਂਦਾ ਹੈ ਅਤੇ ਸਨਸੈੱਟ ਰਹਿੰਦਿਆਂ ਵੇਹਦਿਆਂ ਜਿਹੜਾ ਨਾ ਬੰਦਾ ਇੱਕ ਅੰਡਰਪਾਸ ਵਿੱਚ ਤੁਰ ਜਾਂਦਾ ਹੈ ਅੰਡਰਪਾਸ ਵਿੱਚ ਜਦੋਂ ਬੰਦਾ ਜਾਂਦਾ ਫਿਰ ਜੀ ਟੀ ਰੋਡ ਦੇ ਥੱਲਿਓਂ ਦੀ ਪਰਾਂ ਤਾਂ ਨਿਕਲ ਜਾਂਦਾ ਜਿਸ ਟਾਈਮ ਡੀ ਟੀ ਰੋਡ ਦੇ ਥੱਲਿਓਂ ਦੀ ਪਰਾਂ ਤਾਂ ਨਿਕਲਦਾ ਅਤੇ ਫਿਰ ਅੱਗੇ ਮੰਡੀ ਵਾਲੀ ਸੜਕ ਆ ਜਾਂਦੀ ਹੈ ਫਿਰ ਅੱਗੇ ਮੰਡੀ ਵਾਲੀ ਸੜਕ ਇੰਝ ਹੁੰਦੀ ਹੈ ਕਿ ਇੱਥੋਂ ਪਿੱਛੋਂ ਵੇਖਿਆ ਅਤੇ ਰੋਡ ਉੱਤੇ ਆ ਗਿਆ ਸਾਹਮਣੇ ਜੇ ਤੁਹਾਨੂੰ ਫਿਰ ਜ਼ੋਰ ਡਾਲਾ ਨਜ਼ਰ ਆਉਂਦਾ ਜਿਹਦੇ ਵਿੱਚ ਬਹੁਤ ਜ਼ਿਆਦਾ ਮੁਲਕ ਹੁੰਦਾ ਅਤੇ ਵਾਹ ਬਹੁਤ ਵੀ ਲਮਕੀ ਹੁੰਦੀ ਹੈ ਅਤੇ ਇਹ ਮੰਡੀ ਨਹੀਂ ਜਾ ਰਿਹਾ ਕਮ ਅਜ਼ ਕਮ ਇਹ ਇੱਥੇ ਕਿਧਰੇ ਪਿੰਡਾਂ 'ਚ ਜਾ ਰਿਹਾ ਅਤੇ ਇੱਥੇ ਨਾਲ ਇੱਕ ਸਾਨੂੰ ਪਾਰਕ ਵੀ ਵੇਖਣ ਲੱਭਦੀ ਹੈ ਖੂਬਸੂਰਤ ਜਿਹੀ ਪਾਰਕ ਨਾਲ ਇਹ ਪਰਲੀ ਸਾਈਡ 'ਤੇ ਨਹਿਰ ਦਾ ਨਜ਼ਾਰਾ ਵੀ ਤੁਸੀਂ ਇੰਜੋਏ ਕਰ ਸਕਦੇ ਹੋ ਅਤੇ ਇੱਥੇ ਫਿਰ ਅੱਗੇ ਤੁਹਾਨੂੰ ਖਤਰਨਾਕ ਮੋੜ ਵੇਖਣ ਲੱਭਦਾ ਅੱਛਾ ਜੀ ਅਗਲੀ ਜਗ੍ਹਾ ਤੋਂ ਮੈਂ ਜਿਹੜਾ ਨਾ ਥੋੜ੍ਹਾ ਥੋੜ੍ਹਾ ਲਾਉਂਦਾ ਅਤੇ ਇੱਥੇ ਬ੍ਰੇਕ ਲਾ ਕੇ ਭਾਈ ਤੁਹਾਡੇ ਕੋਲੋਂ ਲੈਂਦਾ ਇਜਾਜ਼ਤ ਵਿਲੋਗ ਨੰਬਰ ਪਾਲਟ 2 ਵਿੱਚੋਂ ਅਤੇ ਇੱਥੇ ਫਿਰ ਪਾਲਟ 3 ਸਟਾਰਟ ਕਰਦੇ